ਜਿਹੜੇ ਪੰਜਾਬ ਦੇ ਕਿਸਾਨ ਜ਼ਮੀਦਾਰ ਜਿਨ੍ਹਾਂ ਨੇ ਯੂਰਪ ਦੇ ਜਾਰਜੀਆ ਦੇ ਮੁਲਕ ਦੇ ਵਿੱਚ ਜ਼ਮੀਨਾਂ ਖਰੀਦੀਆਂ ਸੀ ਜਾਂ ਖਰੀਦਣ ਜਾ ਰਹੇ ਸੀ ਉਹਨਾਂ ਵਾਸਤੇ ਇੱਕ ਬਹੁਤ ਮਾੜੀ ਖਬਰ ਹੈ ਪਿਛਲੇ ਕੁਝ ਮਹੀਨਿਆਂ ਤੋਂ ਜਾਰਜੀਆ ਸਰਕਾਰ ਇਹਨਾਂ ਸੱਜਣਾ ਨੂੰ ਹੁਣ ਵੀਜ਼ਾ ਨਹੀਂ ਦੇ ਰਹੀ ਪੰਜਾਬ ਦੇ ਵਿੱਚ ਆਪਾਨੂੰ ਪਤਾ ਵਾ ਕਿ ਬਹੁਤ ਸਾਰੇ ਕਿਸਾਨ ਜਿਹੜੇ ਆ ਉਹਨਾਂ ਨੇ ਇੱਥੇ ਆਪਣੀਆਂ ਜ਼ਮੀਨਾਂ ਵੇਚ ਕੇ ਜਾਰਜੀਆ ਚ ਜਿੱਥੇ ਜ਼ਮੀਨਾਂ ਸਸਤੀਆਂ ਸੀ ਉੱਥੇ ਜਾ ਕੇ ਖਰੀਦ ਲੀਆ ਉੱਥੇ ਕਰੀਬ 50 60 ਹਜ਼ਾਰ ਦਾ ਏਕੜ ਮਿਲ ਜਾਂਦਾ ਸੀ ਸੋ ਕਈਆਂ ਨੇ ਉੱਥੇ ਕਿਤੇ 50 ਏਕੜ ਕਿਸੇ ਨੇ 100 ਏਕੜ ਕਈਆਂ ਨੇ ਬਹੁਤ ਜ਼ਿਆਦਾ ਵੱਡੇ ਚੰਕ ਵੀ ਉੱਥੇ ਜ਼ਮੀਨ ਦੇ ਚੁੱਕਲੇ ਸੀ ਉੱਥੇ ਫਸਲ ਤੇ ਕੋਈ ਹੁੰਦੀ ਆ ਪਰ ਉਹ ਜਿਹੜੀ ਜ਼ਮੀਨ ਹੈ ਉਹ ਬਹੁਤ ਜ਼ਿਆਦਾ ਪਿਆਊਆ ਬਹੁਤ ਫਰਟਾਈਲ ਆ ਸੋ ਬਹੁਤ ਲੋਕਾਂ ਨੇ ਸੋਚਿਆ ਕਿ ਉਹਨਾਂ ਦੇ ਜ਼ਿਆਦਾ ਜ਼ਿਆਦਾ ਜ਼ਮੀਨ ਖਰੀਦਣ ਦੇ ਜਿਹੜੇ ਸੁਪਨੇ ਸੀ ਉਹ ਪੂਰੇ ਹੋ ਗਏ ਪਰ ਹੁਣ ਐ ਲੱਗ ਰਿਹਾ ਪੀ ਉਹ ਜਿਹੜੇ ਸੁਪਨੇ ਸੀਗੇ ਉਹ ਹੁਣ ਚੂਰ ਹੋਣ ਲੱਗ ਪਿਆ ਇਹ ਇੱਕ ਬਹੁਤ ਫਿਕਰ ਦੀ ਗੱਲ ਆ ਕਿਉਂਕਿ ਕਈ ਸੈਂਕੜਾ ਹਜ਼ਾਰਾਂ ਕਿਸਾਨ ਆ ਪੰਜਾਬ ਦੇ ਜਿਹੜੇ ਇਸ ਦੁਵੀਧਾ ਦੇ ਵਿੱਚ ਫਸੇ ਆ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਦਖਲ ਦੇ ਕੇ ਗਵਰਨਮੈਂਟ ਆਫ ਇੰਡੀਆ ਤੇ ਜ਼ੋਰ ਪਾਉਣਾ ਚਾਹੀਦਾ ਕਿ ਉਹ ਜੌਰਜੀਆ ਸਰਕਾਰ ਨਾਲ ਟੇਕ-ਅਪ ਕਰਨ ਵੀ ਜਿਹੜੇ ਕਿਸਾਨ ਆ ਜਿਨ੍ਹਾਂ ਨੇ ਉੱਥੇ ਜ਼ਮੀਨਾਂ ਖਰੀਦੀਆਂ ਵਾਂ ਉਹਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਠੀਕ ਆ ਜੇ ਨਹੀਂ ਚਾਹੁੰਦੇ ਵੀ ਹੋਰ ਆ ਕੇ ਕਿਸਾਨ ਉੱਥੇ ਜ਼ਮੀਨ ਖਰੀਦਣ ਤਾਂ ਉਹਨਾਂ ਨੂੰ ਭਾਵੇਂ ਨਾ ਵੀਜ਼ਾ ਦੇਣ ਪਰ ਜਿਨ੍ਹਾਂ ਨੇ ਖਰੀਦੀਆਂ ਵਾਂ ਜ਼ਮੀਨਾਂ ਉਨਾਂ ਨੂੰ ਐਟ ਲੀਸਟ ਵੀਜ਼ਾ ਦੇ ਕੇ ਆਪਣੀ ਜ਼ਮੀਨਾਂ ਵੇਚਣ ਦੀ ਜਿਹੜੀ ਇੱਕ ਮੌਕਾ ਵਾ ਉਹ ਜ਼ਰੂਰ ਦੇਣਾ ਚਾਹੀਦਾ ਲਾ ਤੁਸੀਂ ਪੁੱਛੋਗੇ ਕਿ ਇਹ ਪ੍ਰੋਬਲਮ ਹੋਈ ਕਿਉਂ ਇਹ ਪ੍ਰੋਬਲਮ ਇਸ ਕਰਕੇ ਹੋਈ ਕਿਉਂਕਿ ਜਦੋਂ ਬਹੁਤ ਸਾਰੇ ਸਾਡੇ ਇੰਡੀਅਨਸ ਜਾਂ ਪੰਜਾਬੀ ਜਿਹੜੇ ਆ ਕਿਸਾਨ ਉੱਥੇ ਪਹੁੰਚ ਗਏ ਔਰ ਇਹਨਾਂ ਨੇ ਉੱਥੇ ਜਿਹੜਾ ਜਿਹੜਾ ਕਿਸਾਨੀ ਆ ਜਿਹੜੀ ਉਹਨੂੰ ਇੱਕ ਨਵੀਂ ਟਰਨ ਦਿੱਤੀ ਇਸੇ ਤਰ੍ਹਾਂ ਹੀ ਸ਼ਾਇਦ ਕਾਫੀ ਚਾਈਨੀਜ਼ ਫਾਰਮਰ ਵੀ ਉੱਥੇ ਪਹੁੰਚੇ ਸੀਗੇ ਸੋ ਜਿਹੜੇ ਲੋਕਲ ਫਾਰਮਰ ਸੀ ਉੱਥੋਂ ਦੇ ਜਾਰਜੀਆ ਦੇ ਉਹਨਾਂ ਨੂੰ ਫਿਕਰ ਪੈ ਗਿਆ ਸੋ ਉੱਥੇ ਇੱਕ ਮੂਵਮੈਂਟ ਚੱਲ ਪਈ ਆ ਜਾਰਜੀਆ ਫॉर ਜਾਰਜੀਅਨਸ ਸੋ ਇਸ ਕਰਕੇ ਮੂਵਮੈਂਟ ਜਿਹੜੀ ਹੈ ਬੜੀ ਜ਼ੋਰ ਫੜ ਗਈ ਆ ਤੇ ਜਿਹੜੀ ਉਸ ਦੀ ਸਰਕਾਰ ਆ ਉਹ ਜਿਹੜੀ ਆ ਹੁਣ ਆਪਣੇ ਪੈਰ ਪਿੱਛੇ ਖਿੱਚਣ ਲੱਗ ਪਈ ਆ ਸੋ ਇੱਕ ਤੇ ਆਪਣੀ ਇੱਥੋਂ ਦੀ ਪੰਜਾਬ ਸਰਕਾਰ ਨੂੰ ਦਬਾਅ ਪਾ ਕੇ ਇਹਨਾਂ ਦੀ ਇਹਨਾਂ ਵਾਸਤੇ ਵੀਜ਼ਾ ਅਰੇਂਜ ਕਰਨਾ ਚਾਹੀਦਾ ਵਾ ਦੂਜਾ ਅੱਗੇ ਤੋਂ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਜ਼ਮੀਨ ਤੈ ਹੋ ਜਾ ਮੌਕਾ ਮਿਲੇ ਤੇ ਮੇਰੇ ਖਿਆਲ ਜਿਹੜੀ ਐਨਆਰਆਈ ਦੀ ਮਿਨਿਸਟਰੀ ਆ ਪੰਜਾਬ ਦੀ ਉਹਨਾਂ ਨੂੰ ਵਿੱਚ ਦਖਲ ਦੇ ਕੇ ਇੱਕ ਫੈਸਿਲੀਟੇਟਰ ਬਣਨਾ ਚਾਹੀਦਾ ਉਸ ਜਗ੍ਹਾ ਪਤਾ ਕਰਨ ਵੀ ਕੋਈ ਦਿੱਕਤ ਨਹੀਂ ਕਿ ਕਿਤੇ ਲੋਕਾਂ ਦੇ ਪੈਸੇ ਤਾਂ ਨਹੀਂ ਫਸ ਜਾਣਗੇ। ਔਰ ਇਹ ਵੀ ਸੋਚਣ ਦੀ ਗੱਲ ਆ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਇਸ ਮਸਲੇ ਨੂੰ ਲੈਣਾ ਚਾਹੀਦਾ ਵਾ ਕਿ ਆਫਟਰ ਆਲ ਆਪਣੇ ਇੱਥੋਂ ਲੋਕੀ ਕਿਉਂ ਬਾਹਰ ਜਾ ਰਹੇ ਆ। ਪੰਜਾਬ ਇੱਕ ਐਗਰੀਕਲਚਰਲ ਸਟੇਟ ਆ ਫਿਰ ਵੀ ਕੀ ਇੱਥੇ ਦੀ ਕਿਸਾਨੀ ਇੰਨੀ ਕਿਉਂ ਮਾੜੀ ਹੋ ਗਈ? ਵੀ ਉਹ ਬਾਹਰ ਜਾ ਕੇ ਉੱਥੇ ਦੇ ਆ ਲੁਕਿੰਗ ਫਾਰ ਗ੍ਰੀਨਰ ਪਾਸਚਰਸ। ਸੋ ਮੇਰੇ ਖਿਆਲ ਇਹਦੇ ਤੇ ਸਰਕਾਰ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ।